ਸਤਿ ਸ੍ਰੀ ਅਕਾਲ ਦੋਸਤੋ ਡਾਕਟਰ ਗੰਡਾ ਸਿੰਘ ਦੇ ਸਿੱਖ ਇਤਿਹਾਸ ਵਿੱਚੋਂ ਆਪਾਂ ਅੱਜ ਗੁਰੂ ਰਾਮਦਾਸ ਜੀ ਬਾਰੇ ਕੁਝ ਮਹੱਤਵਪੂਰਨ ਤੱਥ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਪਹਿਲਾ ਤੱਥ ਕੀ ਹੈ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਤਾਂ ਉਹ ਸੀ ਭਾਈ ਜੇਠਾ ਜੀ ਤੇ ਉਹਨਾਂ ਦਾ ਜਨਮ ਲਾਹੌਰ ਵਿੱਚ ਹੋਇਆ ਸੀਗਾ ਲਾਹੌਰ ਦੇ ਵਿੱਚ ਵੀ ਕਿੱਥੇ ਹੋਇਆ ਸੀ ਚੂਨਾ ਮੰਡੀ ਇੱਕ ਮੁਹੱਲਾਗਾ ਉੱਥੇ ਹੋਇਆ ਸੀ ਤੇ 24 ਸਤੰਬਰ 1534 ਈਸਵੀ ਨੂੰ ਹੋਇਆ ਕਿਹੜੇ ਖਾਨਦਾਨ ਚ ਹੋਇਆ ਸੀ ਸੋਢੀ ਖਾਨਦਾਨ ਚ ਹੁਣ ਗੁਰੂ ਰਾਮਦਾਸ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਗੋਬਿੰਦ ਸਿੰਘ ਤੱਕ ਸਤਿਗੁਰੂ ਛੋਟੀ ਖਾਨਦਾਨ ਚ ਹੋਏ ਆ ਤੇ ਪਹਿਲੇ ਗੁਰੂ ਨਾਨਕ ਸਾਹਿਬ ਕਿਹੜੇ ਖਾਨਦਾਨ ਚ ਸੀਗੇ ਉਹ ਸੀਗੇ 베ਦੀ ਖਾਨਦਾਨ ਚ ਫਿਰ ਗੁਰੂ ਅੰਗਦ ਦੇਵ ਜੀ ਸੀਗੇ ਤ੍ਰਹਿਣ ਖਾਨਦਾਨ ਚ ਫਿਰ ਗੁਰੂ ਅਮਰਦਾਸ ਜੀ ਭੱਲਾ ਖਾਨਦਾਨ ਚੋਂ ਤੇ ਇਸ ਤਰ੍ਹਾਂ ਇਹ ਚਾਰ ਖੱਤਰੀ ਖਾਨਦਾਨਾਂ ਚੋਂ ਗੁਰੂ ਸਹਿਬਾਨ ਸਹਿਬਾਨ ਦਾ ਜਨਮ ਹੋਇਆ ਸੀ ਤੇ ਫਿਰ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਨੂੰ ਕਿਵੇਂ ਮਿਲੇ ਸੀਗੇ ਤਾਂ ਜਦੋਂ ਖੁਦਾਈ ਦਾ ਕੰਮ ਚੱਲ ਰਿਹਾ ਸੀਗਾ ਬੋਲੀ ਦੀ ਬੋਲੀ ਬਣਾ ਰਹੇ ਸੀਗੇ ਗੋਇੰਦਵਾਲ ਦੇ ਵਿੱਚ ਤਾਂ ਉਸ ਟਾਈਮ 1552 ਤੋਂ ਲੈ ਕੇ 1561 ਤੱਕ ਬੋਲੀ ਦਾ ਕੰਮ ਚੱਲਿਆ ਸੀ ਇਸ ਸਮੇਂ ਭਾਈ ਜੇਠਾ ਜੀ ਸੇਵਾ ਕਰਦੇ ਸੀ ਬੋਲੀ ਤੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ 1553 ਦੇ ਵਿੱਚ ਹੀ ਉਹਨਾਂ ਨੇ ਪਈ ਜੇਠਾ ਜੀ ਦਾ ਵਿਆਹ ਆਪਣੀ ਸੁਪੁੱਤਰੀ ਬੀਬੀ ਭਾਨੀ ਨਾਲ ਕਰ ਦਿੱਤਾ ਸੀਗਾ ਤੇ ਫਿਰ ਕੀ ਸੀਗਾ ਅੰਮ੍ਰਿਤਸਰ ਇੱਕ ਜਗ੍ਹਾ ਗਈ ਹੈ ਨਾ ਉੱਥੇ ਉਹ ਕਿੰਨਾ ਤੋਂ ਲਈ ਸੀ ਇਸ ਬਾਰੇ ਆਪਾਂ ਗੱਲ ਕਰਦੇ ਆਂਗੇ ਤੇ ਗੰਡਾ ਸਿੰਘ ਨੇ ਰੈਫਰੈਂਸ ਦਿੱਤਾਗਾ ਅੰਮ੍ਰਿਤਸਰ ਗਸਟਿਅਰ ਅੰਮ੍ਰਿਤਸਰ ਗਸਟਿਅਰ ਦੇ ਅਨੁਸਾਰ ਉਹ ਜਿਹੜੀ ਜਗ੍ਹਾ ਕਿ ਉਹ 1570 ਨੂੰ ਖਰੀਦੀ ਸੀ ਕਿੰਨਾ ਤੋਂ ਖਰੀਦੀ ਸੀ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਤੋਂ ਖਰੀਦੀ ਸੀ ਤੇ ਇਹ ਜ਼ਗੀਰ ਵੀ ਵਿੱਚ ਇੱਕ ਫੈਕਟ ਇਹ ਵੀ ਹੈਗਾ 500 ਬਿੱਗੇ ਜ਼ਗੀਰ ਅਕਬਰ ਤੋਂ ਲਈ ਸੀ ਤੇ ਜਿਹੜੇ ਤੁੰਗਪਿੰਡ ਦੇ ਜੀਮੀਦਾਰ ਸੀ ਉਹਨਾਂ ਨੂੰ ਵੀ 700 ਅਕਬਰੀ ਸਿੱਕੇ ਦਿੱਤੇ ਸੀ ਗੁਰੂ ਸਾਹਿਬਾਨ ਨੇ ਤਾਂ ਫਿਰ ਇਸ ਜਗ੍ਹਾ ਤੇ ਸਰੋਵਰ ਖਦਵਾਇਆ ਸੀਗਾ ਦੋ ਸਰੋਵਰ ਸਰੋਵਰਾਂ ਦੇ ਨਾਮ ਆਉਂਦੇ ਨੇ ਇੱਕ ਸੰਤੋਖ ਸਰ ਗੁਰੂ ਸੰਤੋਖ ਸਰ ਗੁਰੂ ਰਾਮਦਾਸ ਨੇ ਸੰਤੋਖ ਸਰ ਸਰੋਵਰ ਖਦਵਾਇਆ ਇੱਕ ਖਦਵਾਇਆ ਸੀ ਅਮਰਸਰ ਜਿਸ ਤੋਂ ਨਾਂ ਹੀ ਅੱਗੇ ਅਮਰਸਰ ਪਿਆ ਸੀਗਾ ਅਮਰਸਰ ਠੀਕ ਹੈ ਇਹ ਦੋ ਸਰੋਵਰ ਖਦਵਾਏ ਸੀਗੇ ਤਾਂ ਹੁਣ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਨੀਂ ਰੱਖੀ ਗਈ ਸੀ ਜੋ ਸਰੋਵਰ ਖਤਵਾਏ ਠੀਕ ਹੈ ਤੇ ਉਸ ਵੇਲੇ ਇਸ ਦਾ ਨਾਮ ਕੀ ਸੀਗਾ ਇੱਕ ਤਾਂ ਚੱਕ ਗੁਰੂ ਨਾਮ ਕਿਹਾ ਜਾਂਦਾ ਸੀ ਇਹ ਵੀ ਤੁਹਾਨੂੰ ਕੁਐਸਚਨ ਵਿੱਚ ਆ ਸਕਦਾ ਹੈਗਾ ਐਮਸੀਕਿਊ ਦੇ ਵਿੱਚ ਵੀ ਚੱਕ ਗੁਰੂ ਕਿਸ ਨੇ ਨਾਮ ਦਿੱਤਾ ਸੀਗਾ ਜਾਂ ਚੱਕ ਗੁਰੂ ਕਿਸ ਨੇ ਬਸਾਇਆ ਸੀ ਉਹ ਗੁਰੂ ਰਾਮਦਾਸ ਨੇ ਫਿਰ ਚੱਕ ਰਾਮਦਾਸ ਕਿਸ ਨੇ ਬਸਾਇਆ ਸੀ ਇਹ ਵੀ ਰਾਮਦਾਸ ਨੇ ਰਾਮਦਾਸਪੁਰਾ ਇਹ ਵੀ ਗੁਰੂ ਰਾਮਦਾਸ ਨੇ ਹੁਣ ਜਿਵੇਂ ਐਵੇਂ ਵੀ ਸਵਾਲ ਆ ਸਕਦੇ ਆ ਵੀ ਅੰਮ੍ਰਿਤਸਰ ਦਾ ਪੁਰਾਣਾ ਪੁਰਾਣਾ ਨਾਮ ਕੀ ਸੀ ਚੱਕ ਗੁਰੂ ਚੱਕ ਰਾਮਦਾਸ ਰਾਮਦਾਸਪੁਰਾ ਇਹ ਸਾਰੇ ਅੰਮ੍ਰਿਤਸਰ ਦੇ ਪੁਰਾਣੇ ਨਾਮ ਨੇ ਠੀਕ ਹੈ ਹੁਣ ਫਿਰ ਉੱਥੇ 52 ਅਲੱਗ-ਅਲੱਗ ਕਮਾਤਾਂ ਦੇ ਵਾਲੇ ਬੰਦੇ ਉੱਥੇ ਬਸ ਗਏ ਸੀਗੇ ਇੱਕ ਵਪਾਰਕ ਮੰਡੀ ਬਣ ਗਿਆ ਸੀਗਾ ਜਿਹੜੀ ਉਹ ਮੰਡੀ ਆ ਉਹਨੂੰ ਕੀ ਕਿਹਾ ਜਾਂਦਾ ਸੀ ਗੁਰੂ ਕਾ ਬਾਜ਼ਾਰ ਕੀ ਕਹਿੰਦੇ ਸੀਗੇ ਗੁਰੂ ਕਾ ਬਾਜ਼ਾਰ ਉਹ ਪੂਰੀ ਮੰਡੀ ਨੂੰ ਗੁਰੂ ਕਾ ਬਾਜ਼ਾਰ ਕਿਹਾ ਜਾਂਦਾ ਸੀਗਾ ਤੇ ਇੱਕ ਹੋਰ ਮਹੱਤਵਪੂਰਨ ਤੱਥ ਆ ਜਿਹੜਾ ਉਹ ਚੰਦਾ ਇਕੱਠਾ ਕਰਨ ਬਾਰੇ ਉਹ ਚੰਦਾ ਹੁਣੇ ਇਕੱਠਾ ਕਰਦੇ ਸੀ ਤਾਂ ਉਹ ਚੰਦਾ ਇਕੱਠਾ ਕਰਨ ਲਈ ਕੀ ਆ ਸਰੋਵਰ ਬਣਾ ਰਹੇ ਸੀਗੇ ਤੇ ਜਿਹੜਾ ਦਰਬਾਰ ਸਾਹਿਬ ਬਣਾ ਰਹੇ ਸੀ ਉਸ ਲਈ ਪੈਸੇ ਦੀ ਲੋੜ ਸੀ ਤਾਂ ਉਸ ਟਾਈਮ ਮਸੰਦ ਪ੍ਰਸਾਦੀ ਸ਼ੁਰੂਆਤ ਵੀ ਕਿੰਨਾ ਨੇ ਕੀਤੀ ਸੀਗੀ ਮਸੰਦ ਪ੍ਰਸਾਦੀ ਸ਼ੁਰੂਆਤ ਗੁਰੂ ਰਾਮਦਾਸ ਸਾਹਿਬ ਨੇ ਕੀਤੀ ਹੈ ਗੁਰੂ ਰਾਮਦਾਸ ਸਾਹਿਬ ਨੇ ਕੀਤੀ ਮਸੰਦ ਪ੍ਰਸਾਦੀ ਸ਼ੁਰੂਆਤ ਤੇ ਮਸੰਦ ਜਿਹੜਾ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਕਿਹੜੀ ਭਾਸ਼ਾ ਦਾ ਫਾਰਸੀ ਭਾਸ਼ਾ ਦਾ ਸ਼ਬਦ ਹੈਗਾ ਤੇ ਹੋਰ ਗੁਰੂ ਸਾਹਿਬ ਨਾਲ ਸੰਬੰਧਿਤ ਤੱਥ ਕੀ ਹੈਗਾ ਉਹਨਾਂ ਦੇ ਟਾਈਮ ਹੀ ਉਦਾਸੀ ਮਤ ਜੋ ਸ੍ਰੀ ਚੰਦ ਨੇ ਚਲਾਇਆ ਸੀ ਉਸ ਨਾਲ ਵੀ ਸਮਝੌਤਾ ਹੋ ਗਿਆ ਸੀ ਉਦਾਸੀ ਮਤ ਨਾਲ ਕੀ ਹੋਇਆ ਸੀ ਸਮਝੌਤਾ ਹੋਇਆ ਸੀਗਾ ਸਮਝੌਤਾ ਹੋ ਗਿਆ ਸੀਗਾ ਤੇ ਗੁਰੂ ਸਾਹਿਬਾਨ ਨੇ 30 ਰਾਗਾਂ ਦੇ ਵਿੱਚ ਬਾਣੀ ਆਪਣੀ ਰਚੀ ਸੀਗੀ ਤੇ ਅਖੀਰ ਤੇ ਫਿਰ ਕੀ ਹੋਇਆ ਨਾ ਅਖੀਰ ਤੇ ਗੁਰੂ ਰਾਮਦਾਸ ਜੀ ਗੋਇੰਦਵਾਲ ਚਲੇ ਗਏ ਠੀਕ ਹੈ ਅੰਮ੍ਰਿਤਸਰ ਤੋਂ ਫਿਰ ਗੋਇੰਦਵਾਲ ਚਲੇ ਗਏ ਤਾਂ ਗੋਇੰਦਵਾਲ ਵਿਖੇ ਕੀ ਹੋਇਆ ਸੀ ਪਹਿਲੇ ਸਤੰਬਰ 1581 ਨੂੰ ਉਹ ਜੋਤੀ ਜੋਤ ਸਮਾ ਗਏ ਜੋਤੀ ਜੋਸ ਸਮਾਗੇ ਤਾਂ ਉਹਨਾਂ ਦੇ ਤਿੰਨ ਪੁੱਤਰ ਸੀ ਇੱਕ ਮਹਾਦੇਵ ਇੱਕ ਪ੍ਰਿਥੀਚੰਦ ਜਿਹਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਦੇ ਰਹੇ ਹਮੇਸ਼ਾ ਪ੍ਰਿਥੀਚੰਦ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਸਾਹਿਬ ਜੀ ਤੇ ਇਸ ਤੋਂ ਬਾਅਦ ਉਹਨਾਂ ਨੇ ਕੀ ਗੁਰਗੱਦੀ ਕਿਹਨਾਂ ਨੂੰ ਦਿੱਤੀ ਸੀ ਗੁਰੂ ਅਰਜਨ ਸਾਹਿਬ ਨੂੰ ਤੇ ਇਹ ਸੀ ਸਾਥਿਓ ਗੁਰੂ ਰਾਮਦਾਸ ਜੀ ਨਾਲ ਸੰਬੰਧਿਤ ਡਾਕਟਰ ਗੰਡਾ ਸਿੰਘ ਦੀ ਕਿਤਾਬ ਚ ਕੁਝ ਮਹੱਤਵਪੂਰਨ ਤੱਥ ਉਮੀਦ ਆ ਤੁਹਾਨੂੰ ਇਹਨਾਂ ਵਿੱਚ ਕੁਝ ਨਵੇਂ ਤੱਥ ਜਾਣਨ ਨੂੰ ਮਿਲੇ ਹੋਣਗੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਜੇਕਰ ਜਿਹੜੇ ਸਾਥੀ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਆਪਣੇ ਹੋਰ ਸਾਥੀਆਂ ਨਾਲ ਇਹ ਚੈਨਲ ਨੂੰ ਸ਼ੇਅਰ ਕਰੋ ਜੋ ਹਿਸਟਰੀ ਦੀ ਫ੍ਰੀ ਤਿਆਰੀ ਕਰਨਾ ਚਾਹੁੰਦੇ ਆ ਆਪਾਂ ਇਹ ਪੂਰਾ ਜਿੰਨੀ ਹਿਸਟਰੀ ਇਸ ਤੇ ਕਰਾਵਾਂਗੇ ਉਹ ਬਿਲਕੁਲ ਫ੍ਰੀ ਕਰਾਵਾਂਗੇ ਇਹਦੇ ਵਿੱਚ ਕੋਈ ਪੇਡ ਕੋਰਸ ਨਹੀਂ ਰੱਖਾਂਗੇ ਤੇ ਲਗਾਤਾਰ 2 2 ਤੰਤਨ ਵੀਡੀਓ ਆਪਣੇ ਇਸ ਚੈਨਲ ਤੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ